एक होर जिहड़ी गरंटी दी भैणां नूं उडीक आ 1000 रुपये वाली गरंटी आ गई, कल्ली उही रह गई है, बाकियां ते कम शुरू आ गई, उही आ रही है, जदों भी आउणी है, हले साल होया। मैं एक गल कहूंगी भी सरकार नूं तुहाडी हल्लाशेरी की लोड़ है, जे सरकार हुण बनाई है तां दब के 5 साल पूरी सपोर्ट तुसीं रखणी है। 5 साल बाद जे कम किए हुए तां ही वोट पाउणी, अदरवाइज बदल दो। 70 साल पुरानियां 2 पार्टियां तुसीं बदलियां, ते 92 सीटां वाली जिहड़ी सरकार आ साल पहलां बनाई, ते 2 पार्टियां नूं असीं 70 साल मौका दिता जी, ते जे उन्होंने कम ठीक किए होंदे तां शायद दोबारा भी दे देते, साढ़े आने की लोड़ ही नहीं पैनी सी। सो साल दे विच जिन्नियां गरंटियां आपां दित्तियां, चाहे बिजली दी 80% लोकां दे बिल माफ होए ने, चाहे स्कूल नवे खुल रहे ने, स्कूल ऑफ एमिनेंस, थोड़े थोड़े साइड दे मैनूं भैणां देखण दिओ, ਇਹ ਕੋਈ ਛੋਟੀ ਗੱਲ ਥੋੜ੍ਹੀ ਹੈ ਵੀ ਮੀਂਹ 'ਚ ਬਹਿ ਕੇ ਲੀਡਰਾਂ ਨੂੰ ਸੁਣਦਾ ਕੌਣ ਹੈ? ਇਹ ਝਾੜੂ ਵਾਲੀ ਨੇ ਜਿਹੜੇ ਜਿਨ੍ਹਾਂ ਨੂੰ ਇਹ ਇੰਨਾ ਮਾਣ ਇੱਜ਼ਤ ਦੇ ਰਹੇ ਨੇ, ਅਤੇ ਚਾਹੇ ਉਹ ਇੱਕ ਹੋਰ ਜਿਹੜੀ ਗਰੰਟੀ ਦੀ ਭੈਣਾਂ ਨੂੰ ਉਡੀਕ ਆ 1000 ਰੁਪਏ ਵਾਲੀ ਗਰੰਟੀ ਆ ਗਈ, ਕੱਲੀ ਉਹੀ ਰਹਿ ਗਈ ਹੈ, ਬਾਕੀਆਂ 'ਤੇ ਕੰਮ ਸ਼ੁਰੂ ਆ ਗਈ, ਉਹੀ ਆ ਰਹੀ ਹੈ, ਜਦੋਂ ਵੀ ਆਉਣੀ ਹੈ, ਹਲੇ ਸਾਲ ਹੋਇਆ। ਮੈਂ ਇੱਕ ਗੱਲ ਕਹੂੰਗੀ ਵੀ ਸਰਕਾਰ ਨੂੰ ਤੁਹਾਡੀ ਹੱਲਾਸ਼ੇਰੀ ਦੀ ਲੋੜ ਹੈ, ਜੇ ਸਰਕਾਰ ਹੁਣ ਬਣਾਈ ਹੈ ਤਾਂ ਦੱਬ ਕੇ 5 ਸਾਲ ਪੂਰੀ ਸਪੋਰਟ ਤੁਸੀਂ ਰੱਖਣੀ ਹੈ। 5 ਸਾਲਾਂ ਬਾਅਦ ਜੇ ਕੰਮ ਕੀਤੇ ਹੋਏ ਤਾਂ ਹੀ ਵੋਟ ਪਾਉਣੀ, ਅਦਰਵਾਈਜ਼ ਬਦਲ ਦਿਓ। ਜਿੱਦਣ ਤੁਸੀਂ ਬਦਲਣ ਲੱਗ ਗਏ, ਉੱਦਣ ਸਰਕਾਰਾਂ ਕੰਮ ਕਰਨ ਲੱਗ ਜਾਣਗੀਆਂ ਜੀ। ਸੋ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਵੀ ਇੱਕ ਇੱਕ ਸਾਹ, ਇੱਕ ਇੱਕ ਦਿਨ ਅਸੀਂ ਮਿਹਨਤ ਨਾਲ ਪੰਜਾਬ ਦੇ ਲੇਖੇ ਲਾ ਰਹੇ ਹਾਂ। ਸਾਫ਼ ਦਿਲ ਨਾਲ CM ਸਾਹਿਬ, ਭਗਵੰਤ ਮਾਨ ਜੀ ਨੇਕ ਦਿਲ ਇਨਸਾਨ ਨੇ, ਉਹਨਾਂ ਦਾ ਵਸ ਚੱਲੇ ਤਾਂ ਇੱਦਾਂ ਠੀਕ ਕਰ ਦੇਣ, ਪਰ ਟਾਈਮ ਲੱਗਦਾ। 70 ਸਾਲਾਂ ਦਾ ਸਿਸਟਮ ਉਲਝਾਇਆ ਹੋਇਆ ਸੀ, ਹੌਲੀ ਹੌਲੀ ਲਾਈਨ ਵੱਧ ਹੋ ਜਾਣਾ। ਸਾਡੀਆਂ ਤਨਖਾਹਾਂ ਕੌਣ ਦੇ ਰਿਹਾ? ਲੋਕ ਦੇ ਰਹੇ ਨੇ। ਸਾਡੀਆਂ ਗੱਡੀਆਂ 'ਚ ਤੇਲ ਕੌਣ ਪਵਾ ਰਿਹਾ? ਲੋਕ ਪਾ ਰਹੇ ਨੇ। ਵੋਟ ਤੁਹਾਡੀ, ਨੋਟ ਤੁਹਾਡਾ, ਅਸੀਂ ਤਾਂ ਕੰਮ ਕਰਨ ਵਾਲੇ ਹਾਂ। ਨਹੀਂ ਕੰਮ ਕਰਦੇ ਬਦਲੋ, ਮੈਂ ਤਾਂ ਇਹੀ ਕਹੂੰਗੀ। ਪਰ ਹੁਣ ਜੇ 92 ਸੀਟਾਂ ਵਾਲੀ ਸਰਕਾਰ ਬਣਾਈ ਹੈ ਨਾ, 5 ਸਾਲ ਸਿਰ 'ਤੇ ਹੱਥ ਰੱਖਿਓ। ਉਹ ਤਕਦੀਰ ਬਦਲ ਸਕਦਾ ਪੂਰੇ ਸਿਸਟਮ ਦੀ। ਲੋਕਾਂ ਨੂੰ ਇਹ ਥੋੜ੍ਹੀ ਹੈ ਕਿ ਇੱਥੇ ਆ ਕੇ ਗਲੀਆਂ ਨਾਲੀਆਂ ਖੱਡਿਆਂ 'ਚ ਗੱਡੀਆਂ ਮਾਰਦੇ ਫਿਰ ਨੂੰ। ਕੋਈ ਨਵੀਂ ਤਰੱਕੀ ਵਾਲੀਆਂ ਗੱਲਾਂ ਹੋਣੀਆਂ ਚਾਹੀਦੀਆਂ, ਸਮਾਰਟ ਪੰਜਾਬ ਦੀਆਂ। ਸੋ ਸਾਰਾ ਕੰਮ ਕਾਰ 'ਤੇ ਲੱਗੇ ਹੋਏ ਹਾਂ। ਤੁਹਾਡੇ ਆਪਣੇ ਬੱਚੇ ਆ, ਕੋਈ ਕਿਸਾਨਾਂ ਦਾ ਬੱਚਾ, ਗਰੀਬ ਤੋਂ ਗਰੀਬ ਪਰਿਵਾਰਾਂ ਦੇ ਲਈ ਹੈ, ਚੰਗੇ ਪਰਿਵਾਰ ਸਾਰੇ ਹੈ। ਮੈਟਰ ਕਰਦਾ ਦਿਲ ਸਾਫ਼ ਚਾਹੀਦਾ ਪੰਜਾਬ ਨੂੰ, ਜਿੱਦਾਂ ਸਮੁੰਦਰੀ ਵਿੱਚ ਨਗੀਨਾ ਪਹਿਲਾਂ ਕਹਿੰਦੇ ਸੀ ਸੋਨੇ ਦੀ ਚਿੜੀ, ਉਹ ਬਣਾਉਣਾ ਕੋਈ ਔਖਾ ਨਹੀਂ ਹੈ। ਇੱਥੇ ਬਰਕਤ ਵਾਲੀ ਬਾਬੇ ਨਾਨਕ ਦੀ ਧਰਤੀ ਹੈ, ਕੀ ਘਾਟ ਆ ਸਾਡੇ ਲੋਕਾਂ 'ਚ। ਮੈਂ ਸਾਰਾ ਦੇਸ਼ ਘੁੰਮ ਗਿਆ, ਮੈਨੂੰ ਵੀ ਕਿਤੇ ਦੁਨੀਆਂ ਦੇ ਬਹੁਤ ਮੁਲਕ ਦੇਖੇ। ਯਕੀਨ ਮੰਨਿਓ, ਕੋਈ ਇਹ ਨਹੀਂ ਵੀ ਰਾਜਨੀਤਿਕ ਭਾਸ਼ਣ, ਇਹੋ ਜਿਹੇ ਲੋਕ ਇਹੋ ਜਿਹੀ ਧਰਤੀ ਪੂਰੇ ਧਰਤੀ 'ਤੇ ਹਨ। ਜੇ ਉਹ ਪੰਜਾਬ 'ਚ ਖੁਸ਼ਹਾਲੀ ਇੱਥੋਂ ਦੇ ਲੋਕਾਂ ਦੀ, ਜੋ ਬਾਹਰੋਂ ਆਏ ਬੰਦੇ ਨੂੰ ਵੀ ਰੱਬ ਦਾ ਰੂਪ ਸਮਝਦੇ ਨਹੀਂ, ਤਾਂ ਕਈ ਮੈਂ ਰਾਜਾਂ 'ਚ ਜਾ ਕੇ ਚਾਹ ਵੀ ਪੁੱਛਦੇ ਹੋ ਜਗ੍ਹਾ ਇਹ ਬੰਦੇ ਨੂੰ, ਅਸੀਂ ਤਾਂ ਬਾਹਰ ਫੜ ਕੇ ਲੈ ਜਾਈਦਾ ਬੰਦੇ ਨੂੰ। ਸੋ ਇਹ ਰੱਬ ਦੇ ਨੇੜੇ ਲੋਕ ਨੇ, ਸਾਫ਼ ਲੋਕ ਨੇ, ਪਿਓਰ ਲੋਕ ਨੇ, ਕੁਦਰਤ ਨੂੰ ਨੇੜੇ ਹੋ ਕੇ ਦੇਖਦੇ ਨੇ। ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਫ਼ ਦਿਲ ਇਨਸਾਨ ਨੇ, ਚੰਗੇ ਚੰਗੇ ਇਨਸਾਨ ਨੇ, ਪੰਜਾਬ ਦੀ ਤਰੱਕੀ ਲੱਭਦੇ ਨੇ, ਉਹਨਾਂ ਦਾ ਵਸ ਚੱਲੇ ਅਤੇ ਇੱਦਾਂ ਕਰ ਦੇਣ, ਪਰ ਟਾਈਮ ਲੱਗਦਾ। 70 ਸਾਲ ਖਰਾਬ ਕਰਨ ਲੱਗਦਾ, ਫਿਰ 1 ਸਾਲ ਦੇ ਵਿੱਚ ਆਪਾਂ ਵਧੀਆ ਕੰਮ ਕੋਸ਼ਿਸ਼ ਕੀਤੀ ਹੈ। 5 ਸਾਲਾਂ 'ਚ ਕੰਮ ਕੀਤੇ ਅਤੇ ਵੋਟ ਤੁਸੀਂ ਪਾਉਣੀ ਹੈ। ਜਿੱਦਣ ਤੁਸੀਂ ਕਿਸੇ ਪਾਰਟੀ ਕੰਮ ਨਹੀਂ ਕਰਦੀ, ਬਦਲ ਦਿਓ ਜੀ। ਜਿੱਦਣ ਬਦਲਣ ਲੱਗ ਗਏ, ਆਪੇ ਕੰਮ ਕਰਨ ਲੱਗ ਜਾਣਗੇ। ਜਦੋਂ ਕੋਈ ਪਾਰਟੀ ਕੰਮ ਨਾ ਕਰੇ, ਵੱਡੀਆਂ ਵੱਡੀਆਂ ਫਿਰ ਗੱਲਾਂ ਕਰੀ ਜਾਣੀਆਂ, ਗਰੀਬਾਂ ਨੂੰ ਦਾਰੂ ਪਿਆ ਦੇਣੀਆਂ ਨੇ, ਨੋਟ ਦੇ ਦੇਣੇ ਆ, ਬਾਕੀਆਂ ਨੂੰ ਲਾਰੇ ਲਾ ਦੇਣੇ ਆ, ਕਿਸੇ ਦੇ ਇੱਕ ਤੋਂ ਪਰਸਨਲ ਕੰਮ ਕਰਾਂਗੇ। ਪੰਜਾਬ ਉੱਥੇ ਦੀ ਉੱਥੇ ਤੋਂ, ਬਾਹਰ ਕਿਉਂ ਆਪਾਂ ਕੋਠੀਆਂ ਸੁਣੀਆਂ ਤੋਂ ਪਈਆਂ ਪੜੀਆਂ? ਜੇ ਠੀਕ ਹੁੰਦੇ ਤੇ ਸਾਨੂੰ ਵੀ ਲੋੜ ਨਹੀਂ ਪੈਣੀ ਸੀ ਰਾਜਨੀਤੀ 'ਚ ਆਉਣ ਦੀ। ਬਹੁਤ ਮਿਹਨਤ ਵਾਲਾ ਕੰਮ ਹੈ ਜੀ ਇਹ, ਪਰ ਅਸੀਂ ਨੌਜਵਾਨ ਹਾਂ, ਸਾਡੇ 'ਚੋਂ ਟ੍ਰੈਡੀਸ਼ਨਲ ਪੋਲੀਟਿਕਸ, ਰਵਾਇਤੀ ਰਾਜਨੀਤੀ ਹੈ ਨਹੀਂ। ਅਸੀਂ ਤਾਂ ਪੰਜਾਬ ਨੂੰ ਪਿਆਰ ਕਰਦੇ, ਸਾਡਾ ਵੀ ਸਾਡਾ ਪੰਜਾਬ ਨੰਬਰ 1 ਹੋ ਜਾਵੇ, ਨਾ ਪੰਜਾਬ ਦਾ ਨੰਬਰ 1 ਸੂਬਾ। ਇਹਦੇ ਮਿਹਨਤੀ ਲੋਕ ਨੇ ਜੀ, ਇਹਦੇ ਜਿਹੜੇ ਦੇਸ਼ 'ਚ ਗਏ ਨੇ, ਉੱਥੇ ਝੰਡੇ ਕੱਢ ਲਏ ਇਹਨਾਂ ਨੇ, ਉੱਥੇ ਜਾ ਕੇ ਤਰੱਕੀਆਂ ਕਰ ਲਈਆਂ, ਤਾਂ ਇੱਥੇ ਕਿਉਂ ਨਹੀਂ ਹੋ ਸਕਦੀ? ਸਭ ਹੋ ਸਕਦੀ ਹੈ। ਮੁਖੀਆ ਜਿਹੜਾ ਚੁਣਦੇ ਹੋ, ਉਹ ਬੜਾ ਪਿਆਰ ਕਰਨ ਵਾਲਾ ਚਾਹੀਦਾ, ਉਹਨੂੰ ਆਪਣੇ ਗਲੀ ਗਲੀ ਨਾਲ ਕਿੱਟੇ ਕਿੰਨਾ ਪੰਜਾਬ ਦੀਆਂ ਪਿਆਰ ਚਾਹੀਦਾ। ਅਤੇ ਤੁਸੀਂ ਹੁਣ 92 ਸੀਟਾਂ ਜੇ ਦਵਾਈਆਂ ਨੇ, ਤੇ 5 ਸਾਲ ਮੈਂ ਬੇਨਤੀ ਕਰੂੰਗੀ ਵੀ ਹੱਲਾਸ਼ੇਰੀ ਦੇ ਕੇ ਰੱਖਿਓ। 5 ਸਾਲਾਂ ਬਾਅਦ ਕੰਮ ਨਹੀਂ ਕਰਦੇ ਹੋ, ਕੱਢ ਦਿਓ।
ਕੱਟੋਗੇ ਤਾਂ ਹੀ ਕੰਮ ਹੋਊਗਾ ਜੇ ਕੰਮ ਅਸੀਂ ਕਰਾਂਗੇ ਤੁਹਾਨੂੰ ਇਹ ਸ਼ਿਕਾਇਤ ਦਾ ਮੌਕਾ ਮਿਲਣਾ ਤੁਸੀਂ ਵੀ ਆਪ ਭਾਂਦਰੇ ਵੋਟਾਂ ਪਾਉਣੀਆਂ ਨੇ ਵੀ ਹਾਂ ਬੱਚਿਆਂ ਨੇ ਵਧੀਆ ਕੰਮ ਕੀਤਾ ਤੇ ਦੂਜੇ ਨੰਬਰ ਤੇ ਪਿੰਡਾਂ 'ਚ ਵੀ ਜਾ ਕੇ ਸਿਖਾਈ ਦਾ ਜੇ ਵੀ ਲੀਡਰਾਂ ਅੱਗੇ ਜਿਵੇਂ ਬਹੁਤ ਜ਼ਿਆਦਾ ਝੁਕਦੇ ਆ ਲੋਕ ਠੀਕ ਨਹੀਂ ਹੈ ਇਹ ਦੇਖੋ ਨੋਟ ਤੁਹਾਡੀ ਵੋਟ ਤੁਹਾਡੀ ਤੁਸੀਂ ਵੋਟਾਂ ਪਾ ਕੇ ਸਾਨੂੰ ਪਿਆਰ ਚਾਹੀਦਾ ਫਰੈਂਡਲੀ ਰਿਲੇਸ਼ਨਸ਼ਿਪ ਚਾਹੀਦਾ ਤੁਸੀਂ ਪਰ ਜਿਹੜਾ ਇੰਨਾ ਖੌਫ ਉਹ ਨਹੀਂ ਚਾਹੀਦਾ ਇਹ ਵੀ ਜਿਹੜਾ ਦਿਮਾਗ 'ਚੋਂ ਜਦੋਂ ਕੱਢਦਾ ਲੋਕਾਂ ਨੂੰ ਪਤਾ ਲੱਗ ਗਿਆ ਨਾ ਵੋਟ ਦੀ ਪਾਵਰ ਕੀ ਹੈ ਉਹ ਕਹਿੰਦੇ ਜਿਹੜਾ ਸਿਸਟਮ ਆ ਬਦਲ ਜਾਣਾ ਤੁਹਾਡੀਆਂ ਦਿੱਤੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਆ ਤੁਹਾਡੇ ਦਿੱਤੇ ਜਿਹੜੇ ਕੰਮ ਨੇ ਉਹਨਾਂ ਨੂੰ ਸਮਝਦੇ ਆ ਤੇ ਇੱਕ ਇੱਕ ਜਿਹੜੀ ਤੁਹਾਡੀ ਫਰਜ਼ ਅਸੀਂ ਨਿਭਾਵਾਂਗੇ ਹਰ ਚੀਜ਼ ਨੂੰ ਦਿਨ ਰਾਤ ਮਿਹਨਤ ਕਰਾਂਗੇ ਇੱਕ ਕਰਾਂਗੇ ਕੋਈ ਕਮੀ ਨਹੀਂ ਛੱਡਦੇ ਪੰਜ ਸਾਲਾਂ ਹੱਥ ਸਾਲ ਹੋਇਆ ਜੀ ਪੰਜ ਸਾਲਾਂ ਕੱਟੇ ਹੁਣ ਪੰਜ ਸਾਲ ਹੱਕ ਨਾਲ ਸਾਡੇ ਸਿਰ ਤੇ ਹੱਥ ਰੱਖਿਓ ਅੱਲਾ ਆਮ ਲੋਕਾਂ ਦੀ ਸਰਕਾਰ ਬਣਾਈ ਹੋਈ ਹੈ ਜੀ ਰਜਵਾੜਿਆਂ ਦੀ ਸਰਕਾਰ ਸਾਈਡ ਤੇ ਕਰਕੇ ਕਿਉਂਕਿ ਅਸੀਂ ਤੇ ਵਿਚਰੇ ਆ ਨਾ ਸਾਨੂੰ ਪਤਾ ਲੋਕਾਂ ਦੀਆਂ ਤਕਲੀਫਾਂ ਪਿੰਡਾਂ ਦਾ ਕੀ ਨੇ ਤੇ ਜਿਨ੍ਹਾਂ ਨੇ ਸੋਨੇ ਦੇ ਚਮਚੇ 'ਚ ਸ਼ੁਰੂ ਤੋਂ ਖਾਧਾ ਹੋਵੇ ਫਿਰ ਉਹਨਾਂ ਨੂੰ ਆਦਤ ਪਈ ਹੁੰਦੀ ਉਸੇ ਹਿਸਾਬ ਨਾਲ ਸਿਸਟਮ ਚਲਾਉਣ ਸੋ ਇਮਾਨਦਾਰ ਪਾਰਟੀ ਤੁਸੀਂ ਬਣਾਈ ਹੈ ਬਹੁਤ ਸਾਰੇ ਕਰਪਸ਼ਨ ਕਰਨ ਵਾਲਿਆਂ ਨੂੰ ਆਪਾਂ ਪਾ ਰਹੇ ਹਾਂ ਚਾਹੇ ਅੰਦਰ ਨੇ ਚਾਹੇ ਬਾਹਰ ਨੇ ਤੇ ਅੱਗੇ ਵੀ ਕਰਾਂਗੇ ਵਿਸ਼ਵਾਸ ਬਣਾਈ ਰੱਖਿਓ ਉਮੀਦ ਬਣਾਈ ਰੱਖਿਓ ਆਸ਼ੀਰਵਾਦ ਆਪਣਾ ਦੇਈ ਰੱਖਿਓ ਬਾਕੀ ਕੰਮ ਸਾਡੇ ਤੇ ਛੱਡ ਦਿਓ ਟੈਨਸ਼ਨਾਂ ਹੁਣ ਲੱਗੇ ਹੋਏ ਆ ਪੰਜ ਸਾਲ ਹੁਣ ਇੱਥੇ ਐਮ ਪੀ ਆਪਣੇ ਸੁਸ਼ੀਲ ਕੁਮਾਰ ਰਿੰਕੂ ਜੀ ਆ ਦੂਸਰੇ ਨੰਬਰ ਉੱਤੇ ਚੋਣ ਨਿਸ਼ਾਨ ਆਪਣਾ ਝਾੜੋ ਤੇ ਤੁਸੀਂ ਵੋਟ ਪਾਉਣੀ ਵੀ ਆ ਪਨੀਰ ਲਈ ਵਧੀਆ ਸਿਆਣੇ ਚੰਗੇ ਲੋਕ ਬੈਠੇ ਹੋ ਜਿਨ੍ਹਾਂ ਨੇ ਦੁਨੀਆਦਾਰੀ ਬਾਰੇ ਪਤਾ ਵੀ ਚੰਗਾ ਮਾੜਾ ਕੀ ਹੈ ਹੋਰ ਵੀ ਅੱਗੇ ਗਏ ਹੋ ਕਿ ਪਾਇਓ ਵੋਟ ਕਿਉਂਕਿ ਇਹ ਵੋਟ ਪੰਜਾਬ ਲਈ ਮੰਗ ਰਹੇ ਹਾਂ ਤੁਹਾਡੇ ਲਈ ਮੰਗ ਰਹੇ ਹਾਂ ਕਿ ਕੰਮ ਕਰਨਾ ਆਪਾਂ ਤੇ ਸਰਕਾਰ ਫਿਰ ਦੁਬਰੀ ਹੋ ਕੇ ਕੰਮ ਕਰਦੀ ਹੈ ਮੰਤਰੀ ਫੰਡ ਦੇ 5 ਕਰੋੜ ਰੁਪਏ ਹੁੰਦਾ ਜੀ ਬਟ ਸਰਕਾਰ ਨੇ ਜਦੋਂ ਸਰਕਾਰ ਦੇ ਨਾਲ ਹੌਸਲਾ ਫਜ਼ਾਈ ਹੋਵੇ ਤੇ ਸਰਕਾਰ ਆਪਣੀ ਹੈ ਆਪਾਂ ਪੈਸਾ ਕੋਈ ਘਰ ਕਮੀ ਨਹੀਂ ਛੱਡਾਂਗੇ ਨਾ ਹੀ ਸਰਕਾਰਾਂ ਕੋਲ ਕਮੀ ਹੁੰਦੀ ਹੈ ਕੋਈ ਤੇ ਕੰਮ ਕਰਵਾਵਾਂਗੇ ਵਧੀਆ ਦੱਬ ਕੇ ਐਮ ਪੀ ਆਪਣਾ ਚੁਣਨਾ ਤਾਂ ਕਿ ਸੀ ਐਮ ਸਾਹਿਬ ਨੂੰ ਹੱਲਾਸ਼ੇਰੀ ਮਿਲੇ ਕਿ ਮੈਂ ਕੀ ਕੰਮ ਕਰ ਰਿਹਾ ਬੰਦਾ ਦੁੱਗਣਾ ਹੋ ਕੇ ਕੰਮ ਕਰਦਾ ਫਿਰ ਤੇ ਬਾਕੀ 5 ਸਾਲਾਂ ਬਾਅਦ ਤੁਹਾਡਾ ਫੈਸਲਾ ਉਦੋਂ ਕੰਮ ਆ ਜਿਹੜੇ ਉਹ ਦੱਸਣ ਦੀ ਲੋੜ ਨਹੀਂ ਹੁੰਦੀ ਜਿੱਦਾਂ ਬਿਜਲੀ ਦੇ ਬਿੱਲ 80% ਲੋਕਾਂ ਦੇ ਆਏ ਨਹੀਂ ਤਾਂ ਉਹਨਾਂ ਨੂੰ ਪਤਾ ਹੈ ਆਏ ਨੇ ਗਲੀਆਂ ਨਾਲੀਆਂ ਸੜਕਾਂ ਬਣ ਗਈਆਂ ਦਿਖ ਜਾਣੀਆਂ ਬਣ ਗਈਆਂ ਸੋ ਅਗਲੀ ਵਾਰ ਤੁਹਾਨੂੰ ਮਿਲਣ ਆਵਾਂਗੇ ਤੇ ਤੁਸੀਂ ਖੁਦ ਕਹਿਣਾ ਕਾਰ ਆ ਜਿਹੜੇ ਬਹੁਤ ਵਧੀਆ ਢੰਗ ਨਾਲ ਹੋਏ ਨੇ ਤੇ ਜਿੰਨੇ ਵਾਅਦੇ ਗਰੰਟੀਆਂ ਕੀਤੀਆਂ ਉਹ ਤੋਂ ਕਿਤੇ 10 ਵੀ ਗੁਣਾ ਜ਼ਿਆਦਾ ਹੀ ਕਰਾਂਗੇ ਸੋ ਸਾਰਿਆਂ ਦਾ ਮੈਂ ਵੱਡਿਆਂ ਦਾ ਛੋਟਿਆਂ ਦਾ ਭਰਾਵਾਂ ਦਾ ਮੇਰੀ ਪੂਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਸ਼ੁਕਰੀਆ ਕਰਦੀ ਹਾਂ